बहुत वधिया मिठाई आ, वाजिब रेटा दे आ, हर बार प्रोग्राम ते असीं इत्थों ही लग जांदे आ। ਸਾਰਾ ਸਮਾਨ ਦੁੱਧ ਤੋਂ ਖੁਦ ਤਿਆਰ ਕਰਦੇ ਜੀ ਅਸੀਂ, ਸਾਰਾ ਸਮਾਨ ਪਿਓਰ ਆ ਸਾਡੇ ਕੋਲ ਅਤੇ ਵਧੀਆ ਕੁਆਲਿਟੀ ਹੈ। ਜਿਹੜਾ ਇੱਕ ਵਾਰੀ ਸਮਾਨ ਸਾਡੇ ਤੋਂ ਲੈ ਜਾਂਦਾ ਦੁਬਾਰੇ ਉਦੋਂ ਹੀ ਆਉਂਦਾ ਜੀ ਸਾਡੇ। बहुत वधिया मिठाई आ, वाजिब रेटा दे आ, हर बार प्रोग्राम ते असीं इत्थों ही लग जांदे आ। ਪਿੱਛੇ ਪੈਣ ਸਾਹਿਬ ਦੇ ਪਵਿੱਤਰ ਧਰਤੀ ਦੇ ਉੱਪਰ ਜਿੱਥੇ ਲੋਕ ਸੈਲਫੀ ਗੁਜ਼ਾਰ ਕੇ ਆਪਣੇ ਆਪ ਨੂੰ ਵਡਭਾਗੀ ਸਮਝਦੇ ਆ, ਆਪਾਂ ਦੇਖਿਆ ਕਿ ਸਮਾਗਮ ਚੱਲ ਰਹੇ ਨੇ ਅੱਜ ਹਵਨ ਨੂੰ ਜਗ ਹੋ ਰਿਹਾ ਸੀਗਾ, ਉਹਦੇ ਨਾਲ ਨਾਲ ਸ਼ਾਮ ਨੂੰ ਜਿਹੜਾ ਹੈਗਾ ਸੰਗੀਤਮਈ ਜਿਹੜੀ ਸ਼ਾਮ ਹੈਗੀ ਆ, ਅੱਜ ਅਤੇ ਕੱਲ੍ਹ ਦੋ ਦਿਨ ਚੱਲਣੀ ਹੈਗੀ ਆ, ਗੁਲਾਮ ਅਲੀ ਅਯਾਜ ਜੀ ਨੇ ਵੀ ਇੱਥੇ ਸ਼ਿਰਕਤ ਕਰਨੀ ਹੈਗੀ ਆ। ਬਹੁਤ ਵੱਡੇ ਜਿਹੜੇ ਹੈਗੇ ਧਾਰਮਿਕ ਸਥਾਨ ਦੇ ਉੱਪਰ ਤੁਸੀਂ ਬੈਠੇ ਹੋ ਔਰ ਇੱਥੇ ਸ਼ੁੱਧਤਾ ਦੇ ਨਾਲ ਭਰੀ ਹੋਈ ਇਹ ਲੈਵਸ ਫੂਡ ਜਿਹਦੇ ਵਿੱਚ ਖੁਦ ਦੇ ਕੇਕ ਜਿਹੜੇ ਬਿਲਕੁਲ ਐਗਲੈਸ ਔਰ ਬਹੁਤ ਵਧੀਆ ਕੁਆਲਿਟੀ ਦੇ ਔਰ ਹਰ ਇੱਕ ਮਠਿਆਈ, ਕਿਉਂਕਿ ਦੁੱਧ ਪਿਓਰ, ਦੁੱਧ ਤੋਂ ਹੀ ਬਣਨ ਲਈ ਮਠਿਆਈਆਂ ਪਿਓਰ। ਲੋਕ ਤਾਂ ਸਪੈਸ਼ਲ ਜਿਹੜੇ ਹੈਗੇ ਭੈਣੀ ਸਾਹਿਬ ਦੀ ਜਦੋਂ ਆਪਾਂ ਗੱਲ ਕਰਦੇ ਕੋਈ ਕੁਲਫੀ ਖਾਣੀ ਆ, ਕੋਈ ਬਿਸਕਿਟਸ ਖਾਣੇ ਆ, ਔਰ ਤੁਸੀਂ ਤਾਂ ਬਹੁਤ ਹੀ ਸਬਸਾਈਡ ਰੇਟ ਦੇ ਉੱਤੇ ਦੇਸੀ ਘੀ ਦੀ ਗੱਲ ਕਰ ਲਈਏ, ਆਪਾਂ ਬਿਸਕਿਟਸ ਦੀ ਗੱਲ ਕਰ ਲਈਏ, ਦੇਸੀ ਘੀ ਦੇ ਹਰ ਚੀਜ਼ ਬੜੀ ਸਬਸਾਈਡ ਰੇਟ ਦੇ ਉੱਤੇ ਸਟਾਰਟ ਕੀਤੀ ਹੈ, ਕੀ ਕਹਿਣਾ ਚਾਹੋਗੇ? ਸਰ ਆਪਣੇ ਕੋਲ ਸਾਰਾ ਸਮਾਨ ਵਧੀਆ ਅਤੇ ਪਿਓਰ ਕੁਆਲਿਟੀ 'ਚ ਮਿਲਦਾ, ਠੀਕ ਹੈ ਜੀ। ਸਾਰਾ ਸਮਾਨ ਅਸੀਂ ਇੱਥੇ ਹੀ ਤਿਆਰ ਕਰਦੇ ਹਾਂ ਖੁਦ, ਅਤੇ ਵਧੀਆ ਰੇਟ ਰੱਖਿਆ, ਜੈਨੂਅਨ ਰੇਟ ਆ ਸਾਰੇ ਜੀ, ਅਤੇ ਕੁਆਲਿਟੀ ਇੱਕ ਨੰਬਰ ਹੈ ਸਾਰੀ। ਪਰ ਵੀਰ ਜੀ ਕੀ ਕਹਿਣਾ ਚਾਹੋਗੇ ਕਿ ਦੁੱਧ ਇੱਥੇ ਪਿਓਰ ਹੈਗਾ, ਉਹ ਦੁੱਧ ਦੇ ਕਾਰਨ ਹੀ ਦੁੱਧ ਤੋਂ ਹੀ ਮਿਠਾਈਆਂ ਬਣਦੀਆਂ ਹੈਗੀਆਂ, ਬਰਫੀ ਬਣਦੀ ਆ, ਉਹ ਵੀ ਤੁਹਾਡੀ ਪਿਓਰ ਹੈ? ਹਾਂਜੀ ਹਾਂਜੀ, ਸਾਰਾ ਸਮਾਨ ਦੁੱਧ ਤੋਂ ਖੁਦ ਤਿਆਰ ਕਰਦੇ ਜੀ ਅਸੀਂ, ਸਾਰਾ ਸਮਾਨ ਪਿਓਰ ਆ ਸਾਡੇ ਕੋਲ ਅਤੇ ਵਧੀਆ ਕੁਆਲਿਟੀ ਹੈ ਜੀ। ਪਰ ਕੀ ਕਹਿਣਾ ਚਾਹੋਗੇ ਕਿ ਜਿਸ ਤਰੀਕੇ ਦੇ ਨਾਲ ਚੇਨ ਬਣ ਰਹੀ ਹੈ ਗਾਹਕ ਇੱਕ ਆਉਂਦਾ, ਜਦੋਂ ਇੱਕ ਗਾਹਕ ਆਉਂਦਾ ਤੇ ਉਹ ਅੱਗੇ ਅੱਗੇ ਜਦੋਂ ਮਠਿਆਈਆਂ ਖਾਂਦਾ ਤੇ ਸਵੀਰ ਸਵਾਦ ਚੱਖਦਾ, ਅਗਲਾ ਕਹਿੰਦਾ ਯਾਰ ਇਹ ਤਾਂ ਬੜਾ ਵਧੀਆ। ਹਾਂਜੀ ਹਾਂਜੀ, ਜਿਹੜਾ ਇੱਕ ਵਾਰੀ ਸਮਾਨ ਸਾਡੇ ਤੋਂ ਲੈ ਜਾਂਦਾ ਦੁਬਾਰੇ ਉਦੋਂ ਹੀ ਆਉਂਦਾ ਜੀ ਸਾਡੇ ਕੋਲ। ਵੀਰ ਜੀ ਸ਼ਹਿਦ ਦੀ ਗੱਲ ਕਰ ਲਈਏ, ਗੁੜ ਦੀ ਗੱਲ ਕਰ ਲਈਏ, ਸ਼ੂਗਰ ਫਰੀ ਦੀ ਗੱਲ ਕਰ ਲਈਏ, ਤਾਂ ਤੁਸੀਂ ਹਰ ਚੀਜ਼ ਨੂੰ ਇੱਥੇ ਇੱਕ ਨਵੀਆਂ ਨਵੀਆਂ ਚੀਜ਼ਾਂ ਕ੍ਰੀਏਟ ਕਰ ਰਹੇ ਹੋ। ਹਾਂਜੀ ਹਾਂਜੀ, ਔਰ ਰੇਟ ਸਰ ਜਿਹੜੇ ਬੜੇ ਜੈਨੂਅਨ ਰੱਖਿਆ, ਜਿੱਦਾਂ ਬਿਸਕਟਾਂ ਦਾ ਰੇਟ ਆਪਾਂ ਗੱਲ ਕਰ ਲਈਏ, ਸਾਰੇ ਬਾਜ਼ਾਰ ਦੇ ਦੇਸੀ ਘਿਓ ਦੇ ਬਿਸਕਟ ਇਹ ਨਹੀਂ ਮਿਲਦੇ ਜਿਹੜੇ ਤੁਸੀਂ ਦੇ ਰਹੇ ਹੋ। ਹਾਂਜੀ ਹਾਂਜੀ, ਵੈਲਕਮ ਟੂ ਸਰ ਲਵੀ ਫੂਡ। ਜਿੱਦਾਂ ਕਿ ਆਪਣੇ ਕੋਲ ਸਪੈਸ਼ਲ ਖੋਏ ਵਾਲੀ ਬਰਫੀ ਹੁੰਦੀ ਹੈ, ਠੀਕ ਹੈ ਸਰ, ਖੋਏ ਦੀ ਪਿੰਨੀ ਹੋ ਗਈ ਜੀ, ਅਲਸੀ ਪਿੰਨੀ ਹੋ ਗਈ, ਇਸ ਤੋਂ ਇਲਾਵਾ ਕਲਾਕੰਦ ਹੋ ਗਈ ਜੀ, ਮਿਲਕ ਕੇਕ ਹੋ ਗਿਆ, ਅਤੇ ਕਸ਼ਮੀਰੀ ਸਵੀਟਸ ਹੋ ਗਈ, ਬੇਸਣ ਬਰਫੀ ਹੋ ਗਈ, ਸਾਰੀਆਂ ਕੁਆਲਿਟੀ ਆਪਣੇ ਕੋਲ ਅਵੇਲੇਬਲ ਹੈਗੀਆਂ ਜੀ, ਅਤੇ ਇਸ ਤੋਂ ਇਲਾਵਾ ਰਸਗੁੱਲੇ, ਜਾਮਣਾ, ਫਰੈਸ਼ ਕੇਕ, ਠੀਕ ਹੈ ਜੀ, ਸਾਰਾ ਸਮਾਨ ਆਪਣੇ ਕੋਲ ਉਪਲਬਧ ਹੈ, ਪੇਸਟੀ ਨੇ, ਕੇਕ ਨੇ, ਅਤੇ ਇਸ ਤੋਂ ਇਲਾਵਾ ਬਿਸਕੁਟ ਨੇ ਜੀ, ਦੇਸੀ ਘਿਓ ਦੇ ਸ਼ੱਕਰ ਵਾਲੇ ਬਿਸਕੁਟ ਨੇ, ਗੁੜ ਵਾਲੇ ਬਿਸਕੁਟ ਜੀ, ਚੀਨੀ ਵਾਲੇ ਬਿਸਕੁਟ ਨੇ, ਅਤੇ ਦੇਸੀ ਘਿਓ ਹੈ ਜੀ, ਸਾਰੀ ਸਵੀਟਸ ਆਪਣੇ ਕੋਲ ਅਵੇਲੇਬਲ ਹੈ। ਹਾਂਜੀ, ਆਪਣੇ ਕੋਲ ਬਿਸਕੁਟ ਨੇ ਸਰ, ਦੇਸੀ ਘਿਓ ਦੇ ਸ਼ੱਕਰ ਵਾਲੇ 220 ਰੁਪਏ ਕਿਲੋ ਜੀ, ਅਤੇ ਚੀਨੀ ਵਾਲੇ 200 ਰੁਪਏ ਕਿਲੋ ਜੀ, ਬਹੁਤ ਹੀ ਵਧੀਆ ਅਤੇ ਟੇਸਟੀ ਬਿਸਕੁਟ ਜੀ।